ਹਾਲੇ ਪੂਰਾ ਸ਼ਹਿਰ ਦੁਆਰਾ ਜਿਹੜਾ ਹੈ ਉਹ ਵੱਟਾ ਪਏ, ਸੇਵਰੇਜ ਖਰਾਬ ਹੈ, ਰੋਡਸ ਖਰਾਬ ਹਨ, ਜ਼ਿਮਨੀ ਇਲੈਕਸ਼ਨ ਥੀਨਾ ਪਏ, ਕਿਹੜਾ ਉਮੀਦਵਾਰ ਨਜ਼ਰ ਆਉਂਦਾ ਪਏ ਜਿਹੜੇ ਮਸਾਇਲ ਹੱਲ ਕਰ ਸਕਦੇ? ਇਹ ਵਕਤ ਹਾਫਿਜ਼ ਸਾਹਿਬ ਤੇ ਕੋਸ਼ਿਸ਼ ਵਿੱਚ ਜਿਹਨ ਪਏ, ਉਹਨਾਂ ਦੇ ਨਾਲ ਕਾਫੀ ਸਾਰੇ ਲੋਕ ਮਿਲਣੇ ਵੀ ਖੜੇ ਹਨ, ਕੋਸ਼ਿਸ਼ ਕਰਨੇ ਪਏ ਹਨ, ਬਾਕੀ ਸ਼ਹਿਰ ਦੇ ਆਦਮੀ ਹਨ। ਦੇਖੋ ਆਪਣੇ ਤੌਰ 'ਤੇ ਉਹਨਾਂ ਦੀ ਕੋਸ਼ਿਸ਼ ਹੈ, ਕੁਝ ਸਾਕੂ ਵੀ ਚਾਹੀਦਾ ਹੈ ਕਿ ਅਸਾਂ ਉਹਨਾਂ ਨਾਲ ਤਾਮਨ ਕਰੂੰ, ਲੇਕਿਨ ਜਿਹੜੀ ਸ਼ਹਿਰ ਦੀ ਸੂਰਤ ਹਾਲ ਨਜ਼ਰ ਆਉਂਦੀ ਪਈ ਹੈ, ਇਹ ਤੋਂ ਇਹ ਨਜ਼ਰ ਆਉਂਦਾ ਪਿਆ ਕਿ ਸਾਕੂ ਤਾਂ ਕੋਈ ਬੰਦਾ ਇਹੋ ਜਿਹਾ ਬੰਦਾ ਨਜ਼ਰ ਨਹੀਂ ਆਉਂਦਾ ਕਿ ਜਿਹੜਾ ਸਹੀ ਸੂਰਤ ਹਾਲ ਦੇ ਨਾਲ ਕੰਮ ਕਰਕੇ ਦੇਵੇ। ਕਿਹੜਾ ਉਮੀਦਵਾਰ ਇੱਥੋਂ ਕਾਮਯਾਬ ਸਿਮਣ ਦੇ ਇਮਕਾਨ ਜ਼ਿਆਦਾ? ਉਮੀਦ ਤਾਂ ਜ਼ਿਆਦਾਤਰ ਸੀ, ਹੁਣ ਦੇਖੋ ਚੋਟੀ ਦੇ ਹਵਾਲੇ ਨਾਲ ਦੇਖੋ ਸਰਦਾਰਾਂ ਜਿੱਤੀ ਵੀ ਹਨ, ਉੱਥੇ ਹੀ ਹਨ ਪੈ, ਸ਼ਹਿਰ ਤੱਕ ਨਹੀਂ ਕੋਈ ਰੌਣ ਨਹੀਂ ਕਰਨ ਦੇ, ਨਾ ਬਹਿਸ ਲਗਾ ਰਹੀ ਆਉਂਦੇ, ਨਾ ਕੁਝ ਕੁ ਚਾਂਸ ਹਨ ਜਿਹੜੇ ਉਹਨਾਂ ਦੇ ਹਾਫਿਜ਼ ਸਾਹਿਬ ਦੇ ਬਾਰੇ ਵਿੱਚ ਹਨ, ਉਹ ਸ਼ਹਿਰ ਦੇ ਵਿੱਚ ਆਉਂਦੇ ਵੀ ਹਨ, ਫਿਰਦੇ ਵੀ ਹਨ, ਦੇਖਦੇ ਵੀ ਹਨ, ਕੋਈ ਸੂਰਤ ਹਾਲ ਕੋ ਮੌਜੂ ਕਰਦੇ ਵੀ ਹਨ, ਲੇਕਿਨ ਚੂੰਕਿ ਜਾਗੀਰਦਾਰਾਂ ਹਿਸਾਬ ਨਾਲ ਲੇਠਾ ਵੰਜੇ, ਉਹਨਾਂ ਵਿੱਚੋਂ ਕੋਈ ਬੰਦਾ ਸਾਡੇ ਸ਼ਹਿਰ ਦੇ ਵਿੱਚ ਕੋਈ ਵੀ ਨਹੀਂ ਆਉਂਦਾ। ਔਰ ਜਦ ਤੱਕ ਆਸੇ ਨਾ ਡੇਖ ਸਨ ਨਾ ਸਾਡੀ ਸੂਰਤ ਹਾਲ ਕਿਆ ਹੈ, ਅਸਾਂ ਕਿਹੜੀ ਕਸਮ ਬਰਸੀ ਦੀ ਜ਼ਿੰਦਗੀ ਵਿੱਚ ਗੁਜ਼ਰਦੇ ਪਏ, ਉਸ ਵਕਤ ਤੱਕ ਅਸਾਂ ਕਿਵੇਂ ਉਹਨਾਂ ਕੋ ਵੋਟ ਦੇ ਸਕਦੇ ਹਾਂ, ਅਸਾਂ ਕਿਵੇਂ ਉਹਨਾਂ ਦਾ ਸਾਥ ਦੇ ਸਕਦੇ ਹਾਂ? ਸਰਦਾਰਾਂ ਦਾ ਨਿਜ਼ਾਮ ਜਿਹੜਾ ਹੈ, ਇਹ ਤੁਹਾਡੇ ਖਿਆਲ ਵਿੱਚ ਰੁਕਾਵਟ ਹੈ ਇਲਾਕੇ ਦੀ ਤਰੱਕੀ ਵਾਸਤੇ? ਰੁਕਾਵਟ ਨਹੀਂ ਹੈ, ਸਰਦਾਰੀ ਨਿਜ਼ਾਮ ਰੁਕਾਵਟ ਹੈ, ਤਾਂ ਕੋਈ ਸ਼ਹਿਰ ਦਾ ਹੋਣਾ ਚਾਹੀਦਾ। ਸਰਦਾਰੀ ਨਿਜ਼ਾਮ ਤੇ ਸਾਗੂ ਡੀਮ ਬਾ ਡੀ ਯਾਨੀ ਕਿ ਦੱਬੇ ਤੇ ਪੈਣ। ਤੁਹਾਡੇ ਖਿਆਲ ਵਿੱਚ ਜਿਹੜੇ ਤਰੇ ਚਾਰ ਉਮੀਦਵਾਰ ਹਨ ਨੇ, ਜੋ ਕਹਿੰਦੇ ਕਹਿੰਦੇ ਦਰਮਿਆਨ ਮੁਕਾਬਲਾ ਹੈ, ਇਹਦੇ ਦਰਮਿਆਨ ਸੀ ਆਪਣਾ ਇੱਕ ਤੇ ਹਾਫਿਜ਼ ਅਬਦੁਲ ਕਰੀਮ ਸਾਹਿਬ ਨਾਲ, ਸ਼ਬੀਰ ਲਗਾਰੀ ਸਾਹਿਬ ਨਾਲ, ਅਵੈਸ ਲਗਾਰੀ ਸਾਹਿਬ ਦਾ, ਇਹਨਾਂ ਦਰਮਿਆਨ ਮੁਕਾਬਲਾ ਹੈ। ਕਹਿੰਦਾ ਇਮਕਾਨ ਜ਼ਿਆਦਾ ਹੈ ਜਿੱਦਾਂ ਦਾ? ਇਮਕਾਨ ਸੁਣਦੇ ਪਏ ਅਵੈਸ ਲਗਾਰੀ ਦਾ। ਹਾਫਿਜ਼ ਸਾਹਿਬ ਦਾ, ਹਾਫਿਜ਼ ਸਾਹਿਬ ਯਹਾਂ ਪੇ ਕਾਮ ਹੱਲ ਕਰ ਸਕਤੇ ਹੈ, ਜੋ ਪੰਜਾਬ ਹਕੂਮਤ ਕਾਮ ਯਾ ਕਰ ਰਹੀ ਹੈ ਪਿਛਲੇ 3 ਸਾਲ ਸੇ, ਲੋਕ ਮੁਤਮਈਨ ਹੈ ਇਸ ਬਾਤ ਸੇ? ਹੋਣੇ ਤੋ ਚਾਹੀਏ ਸਰ, ਜੈਸੇ ਆਵਾਮ ਉਹਨੇ ਕਾਮ ਕਾਮਯਾਬ ਕਰੇਗੀ, ਆਵਾਮ ਕੇ ਮਸਾਇਲ ਵੀ ਹੱਲ ਹੋਣੇ ਚਾਹੀਏ, ਉਮੀਦ ਤੋ ਕਾਫੀ ਹੈ। ਹਮੇ ਯੇ ਬਤਾਏ ਕਿ ਯਹਾਂ ਲੋਕ ਵੋਟ ਕਿਸ ਬੁਨਿਆਦ ਪੇ ਦੇ ਰਹੇ ਹੈ, ਸ਼ਹਿਰ ਕੀ ਬੁਨਿਆਦ ਪੇ ਦੇ ਰਹੇ ਹੈ ਯਾ ਮੁਲਕ ਔਰ ਕੌਮ ਕਾ ਫੈਸਲਾ ਕਰਕੇ ਦੇ ਰਹੇ ਹੈ, ਕਿਸ ਬੁਨਿਆਦ ਪੇ ਦੇ ਰਹੇ ਹੈ? ਇੱਥੇ ਜਰਾ ਨਾ ਇਹ ਵੋਟ ਜਿਹੜੇ ਗਿੰਦਨ ਨਾ, ਉਹ ਮਤਲਬ ਆਪਣੀ ਪੇਟ ਦੀ ਖਾਤਰ ਵੋਟ ਗਿੰਦਨ, ਆਪਣੀ ਖਾਤਰ ਇੱਥੋਂ ਦੇ ਲੋਕ ਵੋਟ ਕਿਹੜੀ ਬੁਨਿਆਦ ਰਹਿੰਦੇ ਪੈਣ? ਲੋਕ ਵੋਟ ਉਹ ਤਾਂ ਇਹੋ ਕੁਝ ਆਦਨ ਬਈ, ਸ਼ਹਿਰ ਕੋਈ ਥੀ, ਸ਼ਹਿਰ ਦੀ ਵਿੱਚ ਜਾ ਕੋ ਲੋ, ਸ਼ਹਿਰ ਠੀਕ ਚੱਲੇ, ਦੇਖੋ ਹਾਲਾਤ ਦੇਖੋ, ਸਾਰੇ ਕਿਚੜ ਹਨ, ਸਾਰੇ ਖੱਡੇ ਲੱਗੇ ਪੈਣ, ਮਸ਼ੀਨੇ ਵਾਲੇ ਉਹਨਾਂ ਪੱਟੇ ਸੱਟੇ 8-8 ਹਜ਼ਾਰ ਵਾਪਸ ਨਹੀਂ ਵੱਲ ਆਉਂਦੇ, ਉਹ ਖੱਡੇ ਲੱਗੇ ਰਹੇ ਪੈਂਦੇ, ਲੱਗੇ ਰਹੇ, ਕਈ ਡਾਂਦੇ ਪੈਣ, ਕਈ ਪਾਉਂਦੇ ਪੈਣ, ਸਾਰੇ ਆਸਾ ਤੇ ਇਹੀ ਵਾਸਤੇ ਆਦੇ, ਅੱਲਾ ਕਰੇ ਕੋਈ ਸ਼ਹਿਰ ਦਾ ਬੰਦਾ ਹੋਵੇ, ਰੋਜ਼ਾਨਾ ਡੈਲੀ ਪਿਰਾਟੀ ਮਰੇ ਸੀ, ਚੱਕਰ ਮਰੇ ਸੀ ਬਾਈ, ਇਹ ਕੰਮ ਥੀਂਦੇ ਯਾਰ, ਦੇਖੋ ਸੀ ਸ਼ਹਿਰ ਦੀ ਇਹ ਹਾਲਾਤ ਹੈ, ਬਾਹਰ ਜਦੋਂ ਸਰਦਾਰੀ ਨਿਜ਼ਾਮ ਸਾਹਿਬ ਕੋ ਡੁਬਾਈ ਵੇਂਦੇ, ਥੱਲੇ ਸੱਟੀ ਵੇਂਦੇ, ਜੂ ਬਜੂ ਥੱਲੇ ਵੇਂਦੇ, ਅਮੀਰ ਅਮੀਰ ਥੀਂਦਾ ਪਏ, ਗਰੀਬ ਗਰੀਬ ਥੀਂਦਾ ਪਏ, ਚੱਕਰ।